ਇਹ ਜਿਹੜੇ ਗਾਣਾ ਗਾਉਣ ਗਾਣਿਆਂ ਗੁਣਿਆਂ ਦੇ ਵਿੱਚ ਸਿੰਘਾ ਬੋਲਦਾ, ਸਿੰਘਾ ਇੱਦਾਂ ਕਰਦਾ, ਸਿੰਘ ਨੇ ਉਹ ਕਰਤਾ, ਜੇ ਕਰਦਾ, ਉਹ ਕਰਤਾ, ਉਹ ਗੱਲਾਂ ਹੀ ਆ, ਬਸ ਫੁਕਰੀਆਂ ਹੀ ਆ ਬਸ। ਅੱਜ ਬੜੇ ਤਕੜੇ ਡੌਨ ਮੰਨਦੇ ਆਪਣੇ ਆਪ ਨੂੰ, ਕਹਿੰਦੇ ਮਾਲਪੁਰ ਦਾ ਡੌਨ ਮੈਂ, ਉੱਧਰ ਆਪਣੇ ਆਪ ਨੂੰ ਸ਼ੋਅ ਵੀ ਕਰੋ ਨਾ ਕਿ ਮੈਂ ਬਹੁਤ ਤਕੜਾ ਆ। ਟੋਲ ਪਲਾਜ਼ਾ ਤੇ ਅਸੀਂ ਸਿਰ ਪਾੜਿਆ, ਉਦੋਂ ਤੋਂ ਹੀ ਪੈਂਦੀ ਆਈ ਧੱਕ ਵੱਲੀਏ। ਗੱਲ ਛੋਟੀ ਹੋਵੇ ਚਾਹੇ ਹੋਵੇ ਵੱਡੀ, ਸਾਡੀ ਤਾਂ ਵਾਰਦਾਤ ਹੁੰਦੀ ਹੈ। ਹੋਰ ਵੀ ਬਹੁਤ ਸਾਰੇ ਬੈਲ ਪੁਣੇ ਵਾਲੇ ਗਾਣੇ ਗਾਉਣ ਵਾਲਾ ਸਿੰਘਾ, ਪਰ ਹੁਣ ਜਦੋਂ ਦੀ ਸਿੰਘਾ ਦੀ ਵੀਡੀਓ ਸਾਹਮਣੇ ਆਈ ਹੈ, ਉਦੋਂ ਤੋਂ ਕਈ ਲੋਕ ਟ੍ਰੋਲ ਵੀ ਕਰ ਰਹੇ ਨੇ ਵੀ ਗਾਣੇ ਤਾਂ ਫਿਰ ਸ਼ੇਰ ਬਣਦੇ ਆ, ਆਪਣੇ ਆਪ ਨੂੰ ਵੱਡਾ ਬਦਮਾਸ਼ ਕਹਾਉਣ ਵਾਲਾ, ਹੁਣ ਕਹਿੰਦੇ ਪਰਚਾ ਤੋਂ ਘਬਰਾ ਕੇ ਵੀਡੀਓ ਪਾ ਰਿਹਾ। ਪਰ ਦੋਸਤੋ, ਜੋ ਵੀਡੀਓ ਸਿੰਘਾਂ ਨੇ ਆਪਣੇ ਸਾਰਿਆਂ ਨਾਲ ਸਾਂਝੀ ਕੀਤੀ, ਜਿਸ ਵਿੱਚ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਦੱਸਿਆ ਤੇ ਪਰਿਵਾਰ ਦੀ ਗੱਲ ਕੀਤੀ, ਸਿੰਘਾਂ ਨੂੰ ਚਾਹੁਣ ਵਾਲੇ ਲੋਕ ਇਹ ਵੀ ਕਮੈਂਟ ਕਰਦੇ ਨਜ਼ਰ ਆਏ ਆ ਵੀ ਡਰਨਾ ਸਿੰਘਾ, ਅਸੀਂ ਤੇਰੇ ਨਾਲ ਹਾਂ, ਪਰਚਾ ਤੋਂ ਘਬਰਾਉਣਾ ਨਹੀਂ, ਅਸੀਂ ਤੇਰੇ ਨਾਲ ਖੜੇ ਹਾਂ। ਅੱਛਾ, ਸਿੰਘਾਂ ਦੀ ਵੀਡੀਓ ਨੂੰ ਲੋਕ ਕਿਸੇ ਹੋਰ ਪਾਸੇ ਹੀ ਲੈ ਗਏ, ਅਸਲ ਵਿੱਚ ਸਿੰਘਾਂ ਨੇ ਵੀਡੀਓ ਸਾਂਝੀ ਕਿਉਂ ਕੀਤੀ ਉਸ ਬਾਰੇ ਦੱਸਦਿਆਂ, ਇਹ ਸਾਰੀ ਜਾਣਕਾਰੀ ਸਿੰਘਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦੱਸੀ ਹੈ। ਆਪਣੀ ਸਟੋਰੀ ਰਾਹੀਂ ਇਹ ਸਾਰੀ ਜਾਣਕਾਰੀ ਦਿੱਤੀ ਹੈ। ਸਿੰਘਾਂ ਕਿਸੇ ਤੋਂ ਡਰਦਾ ਨਹੀਂ, ਸਿੰਘਾਂ ਨੇ ਡਰ ਕੇ ਵੀਡੀਓ ਸਾਂਝੀ ਨਹੀਂ ਕੀਤੀ। ਅੱਛਾ, ਬਲਕਿ ਸਿੰਘਾਂ ਤੇ ਹੋ ਰਹੇ ਝੂਠੇ ਪਰਚਿਆਂ ਦੀ ਟੈਨਸ਼ਨ ਕਿਤੇ ਨਾ ਕਿਤੇ ਪਰਿਵਾਰ ਨੂੰ ਜ਼ਿਆਦਾ ਹੈ। ਇਹ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਕੋਈ ਤੁਹਾਡੇ ਤੇ ਝੂਠਾ ਪਰਚਾ ਦਰਜ ਹੁੰਦਾ ਤਾਂ ਤੁਹਾਡੇ ਪਰਿਵਾਰ ਨੂੰ ਵੱਧ ਟੈਨਸ਼ਨ ਹੁੰਦੀ ਹੈ। ਖਾਸ ਕਰ ਮਾਂ ਬਾਪ ਦੀ ਜੇ ਗੱਲ ਕਰਦੇ ਹਾਂ, ਉਹ ਸਭ ਤੋਂ ਹੈਰਾਨ ਹੁੰਦੇ ਨੇ, ਬਹੁਤ ਤੰਗ ਪਰੇਸ਼ਾਨ ਹੁੰਦੇ ਆ, ਬਹੁਤ ਜ਼ਿਆਦਾ ਟੈਨਸ਼ਨ ਲੈ ਜਾਂਦੇ ਆ। ਇਹ ਬੜੀ ਅੱਛੀ ਬਾਤ ਕਹੀ ਆ। ਖਾਸ ਕਰ ਸਿੰਘਾਂ ਨੇ ਆਪਣੇ ਫਾਦਰ ਨੂੰ ਲੈ ਕੇ ਇਹ ਵੀਡੀਓ ਸਾਂਝੀ ਕੀਤੀ ਹੈ। ਸਿੰਘਾਂ ਨੇ ਇੱਕ ਸਟੋਰੀ ਸਾਂਝੀ ਕੀਤੀ, ਸਕਰੀਨਸ਼ਾਟ ਤੁਸੀਂ ਦੇਖ ਸਕਦੇ ਹੋ। ਸਿੰਘਾਂ ਤੇ ਤੂੰ ਪਹਿਲਾਂ ਵੀ ਪਰਚੇ ਚੱਲੇ ਆ ਤੇ ਖਬਰਾਂ ਹੁਣ ਵੀ ਚੱਲ ਰਹੇ ਆ। ਇਹ ਤੂੰ ਪਹਿਲਾਂ ਕਦੇ ਵੀ ਸਿੰਘਾਂ ਨੇ ਇਹ ਗੱਲ ਲੋਕਾਂ ਸਾਹਮਣੇ ਨਹੀਂ ਰੱਖੀ ਵੀ ਮੇਰੇ ਤੇ ਆਹ ਪਰਚਾ ਹੋ ਗਿਆ, ਮੇਰੇ ਤੇ ਆਹ ਪਰਚਾ ਹੋ ਗਿਆ, ਤੁਹਾਡੀ ਮਦਦ ਦੀ ਲੋੜ ਹੈ। ਸਿੰਘਾਂ ਨੇ ਕਦੇ ਵੀ ਇਹ ਚੀਜ਼ਾਂ ਸਾਂਝੀਆਂ ਨਹੀਂ ਕੀਤੀਆਂ, ਪਰ ਇਹ ਵੀਡੀਓ ਸਾਂਝੀ ਕਰਨ ਦਾ ਕਾਰਨ ਇਹ ਹੈ ਕਿ ਸਿੰਘਾਂ ਨੇ ਆਪਣੇ ਬਾਪੂ ਜੀ ਦੇ ਕਰਕੇ ਇਹ ਵੀਡੀਓ ਸਾਂਝੀ ਕੀਤੀ ਹੈ, ਕਿਉਂਕਿ ਸਿੰਘਾਂ ਦੇ ਬਾਪੂ ਜੀ ਕਾਫੀ ਟੈਨਸ਼ਨ ਵਿੱਚ ਹੈ ਜਦੋਂ ਤੋਂ ਸਿੰਘਾਂ ਤੇ ਇਹ ਝੂਠੇ ਪਰਚੇ ਹੋਏ ਆ। ਉਸ ਨੂੰ ਲੈ ਕੇ ਸਿੰਘਾਂ ਦੇ ਪਿਤਾ ਕਾਫੀ ਟੈਨਸ਼ਨ ਦੇ ਵਿੱਚ, ਕਾਫੀ ਦੁਖੀ ਹੈ, ਤੇ ਸਿੰਘਾਂ ਨੇ ਇਹ ਗੱਲ ਵੀ ਕਹੀ ਕਿ ਮੈਂ ਮੇਰੇ ਪਿਤਾ ਨੂੰ ਦੁਖੀ ਨਹੀਂ ਦੇਖ ਸਕਦਾ, ਮੈਂ ਮੇਰੇ ਪਿਤਾ ਨੂੰ ਇੰਨਾ ਪਿਆਰ ਕਰਦਾ ਕਿ ਮੈਂ ਉਹਨਾਂ ਪਿੱਛੇ ਆਪਣੀ ਜਾਨ ਵੀ ਦੇ ਦੇਵਾਂ। ਜੋ ਸਿੰਘਾਂ ਤੇ ਇਹ ਝੂਠਾ ਪਰਚਾ ਹੋਇਆ ਉਸ ਦੀ ਅੱਜ ਤੱਕ ਇਨਕੁਆਇਰੀ ਨਹੀਂ ਲੱਗੀ, ਲਗਭਗ 4 ਤੋਂ 5 ਮਹੀਨੇ ਹੋ ਗਏ। ਉੱਤੋਂ ਬਲੈਕਮੇਲ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਲਈ ਸਿੰਘਾਂ ਨੇ ਸੀਐਮ ਮਾਨ ਅਤੇ ਉਹਨਾਂ ਦੀ ਵਾਈਫ ਨੂੰ ਅਪੀਲ ਕੀਤੀ ਹੈ ਵੀ ਜਿਹੜਾ ਮੇਰੇ ਤੇ ਝੂਠਾ ਪਰਚਾ ਦਰਜ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਜਲਦ ਤੋਂ ਜਲਦ ਇਸ ਤੇ ਕਾਰਵਾਈ ਸ਼ੁਰੂ ਕੀਤੀ ਜਾਵੇ, ਜੇਕਰ ਮੈਂ ਦੋਸ਼ੀ ਹਾਂ ਤਾਂ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਮੇਰੇ ਤੇ ਕੀਤੀ ਜਾਵੇ, ਜੋ ਵੀ ਬਣਦੀ ਸਜ਼ਾ ਉਹ ਮੈਂ ਭੁਗਤਣ ਨੂੰ ਤਿਆਰ ਹਾਂ, ਪਰ ਮੈਂ ਮੇਰੇ ਪਿਤਾ ਨੂੰ ਹੁਣ ਦੁਖੀ ਨਹੀਂ ਦੇਖ ਸਕਦਾ, ਮੇਰੇ ਪਿਤਾ ਬਹੁਤ ਜ਼ਿਆਦਾ ਦੁਖੀ ਨੇ। ਪਹਿਲੀ ਵਾਰ ਸਿੰਘਾਂ ਇਮੋਸ਼ਨਲ ਦਿਖੇ ਆ, ਪਹਿਲੀ ਵਾਰ ਸਿੰਘਾਂ ਨੂੰ ਇੰਨੇ ਭਾਵਕ ਦੇਖਿਆ।